देखो जी, कल मिति 23/5/2023 नूं सानू जसबीर कौर नाम दी लेडी जो कि नकोदर दी रहण वाली आ, इन्हां ने साडे इन्वेस्टिगेटिंग ऑफिसर नूं अपना स्टेटमेंट लिखवाई कि उन्हां ने 22 तरीक नूं अपनी माता सेवा कौर नूं जो कि लंदन तो इत्थे आए सीगे, उन्हां नूं चढ़ाउण लई इत्थे अमृतसर एयरपोर्ट आए सीगे, जिथों उन्हां दी माता सेवा कौर दी लंदन गैटविक एयरपोर्ट दी फ्लाइट सी। फ्लाइट दा एयर इंडिया दी फ्लाइट सी उन्हां दी परसों 1:30 बजे दी, तो जिहदे संबंधी वो अपने फैमिली मैंबरस दे नाल अपनी माता नूं इत्थे एयरपोर्ट ते छड्डण आए सीगे। तो इहदे रिगार्डिंग उन्हां ने सानूं दस्सिया कि उन्हां दे माता नूं जदों उन्हां ने एयरपोर्ट तों डिपार्चर तों जिवें भेजता सी अंदर, उस तों बाद वो उन्हां दी बोर्डिंग होण तों बाद जदों वो लंडन गए, तो लंडन तों उन्हां दा फोन कॉल रिसीव हुई उन्हां नूं कि इत्थे अमृतसर एयरपोर्ट ते डिपार्चर दे दौरान उन्हां दी जदों बैगेज स्क्रीनिंग वगैरह हुई, ते उन्हां दा जिहड़ा व्हीलचेयर दे नाल उन्हां दा लोडर जिहड़ा बतौर असिस्टेंट उन्हां दे नाल लगा सीगा, उन्हें बैगिंग स्क्रीनिंग दे दौरान उन्हां दे दो कड़े जिहड़े सीगे वो विश्वासघात दे नाल क्रिमिनल ब्रीच ऑफ ट्रस्ट दे नाल जिहड़े आ वो उत्थों गबन कर ले सीगे, जिहदे रिगार्डिंग सानूं कंप्लेंट मिलण ते स्टेटमेंट उन्हां दे लिखवाउण ते आपां इमीडिएटली जिहड़ी आ FIR रजिस्टर करके ते इन्वेस्टिगेशन शुरू कीती सी। ਤੇ ਦੌਰਾਨੇ ਤਫਤੀਸ਼ ਸਾਡੇ ਵੱਲੋਂ ਸਾਇੰਟਿਫਿਕ ਤੇ ਵਿਗਿਆਨਕ ਤਰੀਕਿਆਂ ਦੇ ਨਾਲ ਤੇ CCTV ਫੁਟੇਜਾਂ ਨੂੰ ਖੰਗਾਲਣ ਤੋਂ ਬਾਅਦ ਤਫਤੀਸ਼ ਦੇ ਦੌਰਾਨ ਗੁਰਪ੍ਰੀਤ ਸਿੰਘ ਨਾਮ ਦਾ ਲੜਕਾ ਜੋ ਕਿ ਪਿੰਡ ਉਮਰਪੁਰੇ ਦਾ ਰਹਿਣ ਵਾਲਾ ਹੈ ਤੇ ਇੱਥੇ ਅੰਦਰ ਏਅਰ ਇੰਡੀਆ ਦੇ ਵਿੱਚ ਆਪਣਾ ਏਅਰਪੋਰਟ ਦੇ ਅੰਦਰ ਜਿਹੜਾ ਲੋਡਰ ਦਾ ਕੰਮ ਕਰਦਾ ਉਹਨੂੰ ਜਿਹੜਾ ਆਇਡੈਂਟੀਫਾਈ ਕਰਕੇ ਅਰੈਸਟ ਕਰਕੇ ਉਹਦੇ ਕੋਲੋਂ ਜਿਹੜਾ ਵਾ ਦੋ ਕੜੇ ਜਿਹੜੇ ਆ ਬਰਾਮਦ ਕੀਤੇ ਗਏ ਨੇ, ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਸਰ ਜਦੋਂ ਸਕਰੀਨਿੰਗ ਹੁੰਦੀ ਹੈ ਸਰ ਉਹਦੇ ਵਿੱਚ ਇਹਨੇ ਕਿਸ ਤਰ੍ਹਾਂ ਉਹਦੇ ਵਿੱਚੋਂ ਚੋਰੀ ਕੀਤੀਆਂ ਸਰ ਚੋਰੀਆਂ? ਇਹਦੇ ਵਿੱਚ ਜਿਵੇਂ ਦੀ ਇੱਥੇ ਇੰਟਰਨਲ ਸਿਕਿਉਰਿਟੀ ਦਾ ਚਲੋ ਪ੍ਰੋਸੀਜਰ ਹੈ, ਇੱਕ ਟੋਟਲੀ ਸਾਰੇ ਜਿਹੜੇ ਆਰਟੀਕਲਸ ਹੁੰਦੇ ਨੇ ਕਿਸੇ ਦੇ ਵੀ ਜਿਹੜੇ ਪਰਸਨਲ ਸਰਚ ਦੇ ਜੋ ਵੀ ਆ ਉਹ ਸਾਰੇ ਦੇ ਸਾਰੇ ਬੈਗੇਜ ਸਕਰੀਨਿੰਗ ਹੋ ਕੇ ਤੇ ਸਿਕਿਉਰਿਟੀ ਹੋਲਡਿੰਗ ਏਰੀਆ ਦੇ ਜਿਹੜਾ ਬੈਗੇਜ ਸਕਰੀਨਿੰਗ ਹੋ ਕੇ ਅਗਲੇ ਪਾਸੇ ਜਾਂਦੇ ਨੇ, ਜਿੱਥੇ ਲੋਡਰ ਜਿਹੜਾ ਵਾ ਉਹਨਾਂ ਦੇ ਸਾਰੇ ਆਰਟੀਕਲਸ ਜਿਹੜੇ ਆ ਉੱਥੇ ਬੈਗੇਜ ਸਕਰੀਨਿੰਗ ਦੇ ਦੌਰਾਨ ਉੱਥੇ ਡਿਪੋਜ਼ਿਟ ਕਰਾ ਕੇ ਦੂਸਰੀ ਸਾਈਡ ਤੇ ਜਦੋਂ ਉਹਨੇ ਆਰਟੀਕਲ ਰਿਸੀਵ ਕੀਤੇ ਤੇ ਉਸੇ ਦੌਰਾਨ ਹੀ ਉਹਨੇ ਜਿਹੜਾ ਵਾ ਬਾਕੀ ਆਰਟੀਕਲਸ ਤੇ ਸਾਰੇ ਜਿਹੜੇ ਉਹਨਾਂ ਦੇ ਪਰਸ ਵਿੱਚ ਪਾ ਦਿੱਤੇ ਤੇ ਉਹਨਾਂ ਨੂੰ ਪ੍ਰੋਵਾਈਡ ਕਰਤੇ, ਤੇ ਦੋ ਜਿਹੜੀਆਂ ਚੂੜੀਆਂ ਸੀ ਉਹਨੇ ਵਿਸ਼ਵਾਸਘਾਤ ਦੇ ਨਾਲ ਜਿਹੜੇ ਉੱਥੋਂ ਜਿਹੜੀਆਂ ਗਾਇਬ ਕਰ ਲਈਆਂ ਸੀ ਆਪਣੇ ਪਾਕਟ ਦੇ ਵਿੱਚ ਪਾ ਲਈਆਂ ਸੀ, ਤੇ ਜਿਹਦੇ ਕਰਕੇ ਸਾਰਾ ਇਹ ਮਾਮਲਾ ਸਾਹਮਣੇ ਆਇਆ ਵਾ, ਤੇ ਸਾਡੇ ਵੱਲੋਂ ਇਨਵੈਸਟੀਗੇਸ਼ਨ ਦੇ ਦੌਰਾਨ ਉਹਨੂੰ ਅਰੈਸਟ ਕਰਕੇ ਸਾਰੇ ਜਿਹੜੇ ਆ ਤੱਥ ਸਾਹਮਣੇ ਲਿਆਂਦੇ ਗਏ ਨੇ ਔਨ ਫਾਈਲ, ਤੇ ਇਨਵੈਸਟੀਗੇਸ਼ਨ ਚੱਲ ਰਹੀ ਆ, ਜਿਹੜੇ ਦੋਨੋਂ ਕੜੇ ਸਾਨੂੰ ਬਰਾਮਦ ਹੋ ਚੁੱਕੇ ਨੇ। ਇਹਦੇ ਵਿੱਚ ਕੋਈ CCTV ਸਾਹਮਣੇ ਆਈ ਹੈ ਚੋਰੀ ਕਰਦੇ ਜੀ? ਬਿਲਕੁਲ ਜੀ, ਉਹ ਸਾਰਾ ਆਪਣਾ ਚੱਲ ਰਿਹਾ ਪ੍ਰੋਸੈਸ, ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਫੈਕਟ ਆਉਣਗੇ ਉਹ ਸਾਰੇ ਔਨ ਫਾਈਲ ਲਿਆਂਦੇ ਜਾਣਗੇ। ਸਰ ਰਿਪੋਰਟ ਪੇਸ਼ ਕੀਤਾ ਜਾਏਗਾ ਜੀ? ਬਿਲਕੁਲ ਜੀ ਬਿਲਕੁਲ, ਉਹਨੂੰ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ, ਤੇ ਉਹਦੇ ਵੱਲੋਂ ਬਾਕੀ ਪਤਾ ਕੀਤਾ ਜਾਊਗ�ا ਕਿ ਉਹਨੇ ਪਹਿਲਾਂ ਵੀ ਕੋਈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਕਿ ਨਹੀਂ, ਬਾਕੀ ਹੋਰ ਜਿਹੜੇ ਏਅਰਪੋਰਟ ਦੇ ਅੰਦਰ ਇਦਾਂ ਦੇ ਕਿਹੜੇ ਉਹਦੇ ਅਜਿਹੇ ਸਾਥੀ ਨੇ ਜਿਹੜੇ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਤੇ ਬੜਾ ਸੈਂਸਿਟਿਵ ਇਸ਼ੂ ਹੁੰਦਾ ਆ ਕਿਉਂਕਿ ਇੰਟਰਨੈਸ਼ਨਲ ਪੈਸੰਜਰਸ ਦੀ ਇੱਥੇ ਮੂਵਮੈਂਟ ਰਹਿੰਦੀ ਆ, ਜੇ ਇਦਾਂ ਦਾ ਕੰਮ ਹੋਵੇਗਾ ਇਸ ਸਮਾਜ ਦੇ ਵਿੱਚ ਚੰਗਾ ਮੈਸੇਜ ਨਹੀਂ ਜਾਂਦਾ, ਇਸ ਕਰਕੇ ਪੰਜਾਬ ਪੁਲਿਸ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਜਿਹੜੀ ਆ ਪੂਰੀ ਐਫੀਸ਼ੀਐਂਟ ਆ, ਪੂਰਾ ਪ੍ਰੋਪਰ ਸਾਡੇ ਵੱਲੋਂ ਇਨਵੈਸਟੀਗੇਸ਼ਨ ਕਰਕੇ ਇਦਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਦੇ ਖਿਲਾਫ ਜਿਹੜੇ ਆ ਜਿਹੜਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ, ਤੇ ਮੈਂ ਭਵਿੱਖ 'ਚ ਵੀ ਇਦਾਂ ਦੇ ਕੰਮ ਕਰਨ ਵਾਲਿਆਂ ਨੂੰ ਵਾਰਨ ਕਰਨਾ ਕਿ ਅੱਗੇ ਤੋਂ ਕੋਈ ਵੀ ਅਜਿਹਾ ਕੰਮ ਨਾ ਕਰਨ, ਨਹੀਂ ਤੇ ਸਾਡੇ ਵੱਲੋਂ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਉਹਨਾਂ ਦੇ ਖਿਲਾਫ।